ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ MS Word ਦੇ ਵਿੱਚ ਚਾਰਟ ਔਰ ਹਾਈਪਰਲਿੰਕ ਬਾਰੇ ਹਨਾ ਅੱਗੇ ਸਿੱਖਾਂਗੇ ਕਿ ਉਹਦੇ ਵਿੱਚ ਆਪਾਂ ਨੇ ਉਹਨੂੰ ਕਿਵੇਂ ਯੂਜ਼ ਕਰਨਾ ਹੈ ਉਹਨਾਂ ਵਿੱਚ ਕਿਵੇਂ ਕੰਮ ਕਰਨਾ ਹੈ ਦੇਖੋ ਐਕਸਲ ਦੇ ਵਿੱਚ ਤੁਸੀਂ ਜਿਵੇਂ ਐਕਸਲ ਦੇ ਵਿੱਚ ਦੇਖਦੇ ਹੋ ਉਹਦਾ ਦੀ ਇੱਕ ਸ਼ੀਟ ਉਹਦੇ ਚ ਓਪਨ ਹੁੰਦੀ ਹੈ ਹਨਾ ਉਹਦੇ ਚ ਅਸੀਂ ਕਿਵੇਂ ਵਰਕ ਕਰਨਾ ਹੈ ਉਹ ਚਾਰਟ ਪਾਈ ਚਾਰਟ ਵਗੈਰਾ ਆਪਾਂ ਕਿਵੇਂ ਯੂਜ਼ ਕਰਦੇ ਆ ਉਹ ਚਾਰਟ ਸਾਨੂੰ ਦੇਖਣਾ ਵੀ ਆਣਾ ਚਾਹੀਦਾ ਹੈ ਕਾਫੀ ਉਹਦੇ ਵਿੱਚ ਦੇਖਿਓ ਤੁਸੀਂ ਆਪਸ਼ਨਸ ਆਣ ਗਿਆ ਤੁਹਾਨੂੰ ਕਾਫੀ ਚਾਰਟ ਦੇ ਮਤਲਬ ਵੈਰਾਈਟੀਆਂ ਹੋਣਗੀਆਂ ਇਨਸਰਟ ਇਹ ਆ ਜੀ ਤੁਹਾਡੀ ਚਾਰਟ ਦੀ ਆਪਸ਼ਨ ਠੀਕ ਹੈ ਜੀ ਚਾਰਟ ਜਦੋਂ ਤੁਸੀਂ ਚਾਰਟ ਦੀ ਆਪਸ਼ਨ ਤੇ ਜਦੋਂ ਵੀ ਇੱਥੇ ਕਲਿੱਕ ਕਰੋਗੇ ਤੁਹਾਡੇ ਕੋਲ ਕਾਫੀ ਚਾਰਟਸ ਆ ਜਾਂਦੇ ਹਨਾ ਤੁਹਾਨੂੰ ਕਿਵੇਂ ਚਾਹੀਏ ਲਾਈਨ ਪਾਈ ਬਾਰ ਏਰੀਆ ਔਰ ਔਰ ਨੋਰਮਲ ਮੈਂ ਕਾਲਮ ਚਾਰਟ ਤੇ ਕਲਿੱਕ ਕਰ ਰਹੇ ਹਾਂ ਵੀ ਤੁਹਾਨੂੰ ਇੱਕ ਕਾਲਮ ਕਾਲਮ ਦੇ ਵਿੱਚ ਵੀ ਕਾਫੀ ਵੈਰਾਈਟੀਆਂ ਹੋਣਗੀਆਂ 3D ਹਣਾ ਕਿਵੇਂ ਦੇ ਮਤਲਬ ਇਹ ਮੈਂ ਨਾਰਮਲ ਚਾਰਟ ਜਿਹੜਾ ਉਸਤੇ ਕਲਿੱਕ ਕਰਕੇ ਓਕੇ ਕਰਾਂਗਾ ਤਾਂ ਤੁਹਾਡੇ ਪੇਜ ਦੇ ਉੱਤੇ ਇੱਕ ਅਲੱਗ ਤੋਂ ਸ਼ੀਟ ਓਪਨ ਹੋ ਜਾਏਗੀ ਜਿਹਦੇ ਵਿੱਚ ਆਪਾਂ ਐਡਿਟ ਕਰਨਾ ਹੈ ਹਨਾ ਜਿਵੇਂ ਕਿ ਇਹ ਚਾਰਟ ਮਾਈਕਰੋਸਾਫਟ ਇਹ ਐਕਸਲ ਦੇ ਵਿੱਚ ਓਪਨ ਹੋ ਜਾਏਗੀ ਹਨਾ ਔਰ ਇਹ ਆ ਤੁਹਾਡਾ ਉਹਦਾ ਪ੍ਰੀਵਿਊ ਜੋ ਐਮਐਸ ਵਰਡ ਦੇ ਵਿੱਚ ਤੁਸੀਂ ਉਹਨੂੰ ਯੂਜ਼ ਕੀਤਾ ਹੈ ਇਹ ਇੱਕ ਉਹਦਾ ਪ੍ਰੀਵਿਊ ਆ ਹਲੇ ਅਸਲ ਵਿੱਚ ਡਾਟਾ ਫਿਲ ਨਹੀਂ ਕੀਤਾ ਆਪਾਂ ਇਹਦੇ ਵਿੱਚ ਡਾਟਾ ਫਿਲ ਕਰਾਂਗੇ ਇਹ ਰੇਂਜ ਤੁਸੀਂ ਇਹਨੂੰ ਵਧਾ ਵੀ ਸਕਦੇ ਹੋ ਘਟਾ ਵੀ ਸਕਦੇ ਹੋ ਜ਼ਰੂਰੀ ਨਹੀਂ ਕਿ A B C 3 D ਤੱਕ ਇਹ ਚਾਰ ਹੀ ਕਾਲਮ ਰੋਜ਼ ਜੋ ਸਾਡੇ ਫਿਲ ਕੀਤੇ ਹੋਏ ਆ ਤਾਂ ਤੁਸੀਂ ਵੀ ਚਾਰ ਹੀ ਕਰਨੇ ਆ ਤੁਸੀਂ ਇਹਦਾ ਸਾਈਜ਼ ਵੱਧ ਸਕਦਾ ਉਹਨੇ ਹੀ ਤੁਹਾਡੇ ਕਾਲਮ ਰੋ ਇਹ ਆਪਣੇ ਆਪ ਵੱਧ ਜਾਣਗੇ ਚਾਰਟ ਦੇ ਇਹ ਫਿਗਰਸ ਵੀ ਆਪਣੇ ਆਪ ਵੱਧ ਜਾਣਗੇ ਉਹ ਕਲਰਸ ਵਗੈਰਾ ਉਹ ਆਪਣੇ ਆਪ ਹੀ ਪਿਕ ਕਰੇਗਾ ਉਹ ਆਪਣੇ ਆਪ ਹੀ ਆਣਗੇ ਜਸਟ ਤੁਸੀਂ ਕੀ ਕਰਨਾ ਤੁਸੀਂ ਆਪਣੇ ਡਾਟਾ ਦੇ ਅਕੋਰਡਿੰਗ ਚਾਰਟ ਨੂੰ ਅੱਗੇ ਬਣਾਦੇ ਜਾਣਾ ਹੁਣ ਕਿਵੇਂ ਅਸੀਂ ਇਹਦੇ 'ਚ ਕੰਮ ਕਰਨਾ ਜਿਵੇਂ ਕਿ ਹੁਣ ਅਸੀਂ ਇਹ ਇਹ ਕਰ ਲਈ ਕਿ ਮਨ ਲਓ ਜੋ ਸਾਡੇ ਮਾਰਕਸ ਹਨ ਉਹਦੇ ਲਈ ਇੱਕ ਛੋਟਾ ਜਿਹਾ ਚਾਰਟ ਬਣਾਉਣਾ ਹੈ Y A S H ਕਿਸੇ ਦਾ ਨਾਮ ਫਿਲ ਕਰੀਏ ਅਸੀਂ ਠੀਕ ਹੈ ਜੀ ਔਰ ਉਰੇ ਅਸੀਂ ਸਬਜੈਕਟ ਕੋਈ ਵੀ ਉਰੇ ਉਹਨਾਂ ਦੇ ਮਾਰਕਸ ਮਾਰਕਸ ਫਿਲ ਕਰਦੇ ਜਾਓ ਇਹ ਮੈਂ ਘਟਵਾਦ ਇਸ ਕਰਕੇ ਦੇ ਰਿਹਾ ਕਿ ਤਾਂ ਕਿ ਸਾਡਾ ਜਿਹੜਾ ਚਾਰਟ ਹੈ ਨਾ ਨਹੀਂ ਤੇ ਸਾਰਿਆਂ ਦਾ ਅਗਰ ਨੰਬਰ ਸੇਮ ਜੇ ਹੋਏ ਤਾਂ ਉਹ ਇੱਕੋ ਬਰਾਬਰ ਜਾਊਗਾ ਠੀਕ ਹੈ ਦੇਖੋ ਤੁਸੀਂ ਇੱਥੇ ਵੈਲਿਊ ਚੇਂਜ ਕਰ ਰਹੇ ਹੋ ਨਾ ਉੱਥੇ ਚਾਰਟ ਵੀ ਤੁਹਾਡਾ ਨਾਲ ਦੀ ਨਾਲ ਹੋ ਰਿਹਾ ਹੁਣ ਤੁਸੀਂ ਇੱਥੇ ਇਹਨੂੰ ਮਤਲਬ ਮੈਕਸਿਮਾਈਜ਼ ਹੈ ਨਾ ਰੀਸਟੋਰ ਕਰਕੇ ਦੇਖੋ ਕਿ ਇਹਦੇ ਚ ਕੀ ਪੂਰੀ ਸਕਰੀਨ ਤੇ ਆ ਜਾਏਗਾ ਇਹ ਤੁਹਾਡਾ ਚਾਰਟ ਐਦਾਂ ਦਾ ਬਣ ਜਾਏਗਾ ਇਹ ਨਾਲ ਦਿਖਾਇਆਗਾ ਵੀ ਜੋ ਇਹ ਕਲਰ ਹੈ ਨਾ ਇਹ ਬਲੂ ਡਾਪ ਇਹ ਕਲਰ ਹੈਗਾ ਜੀ ਤੁਹਾਡਾ ਯਸ਼ਟ ਦਾ ਔਰ ਇਹ ਰੈਡ ਵਾਲਾ ਕਲਰ ਹੈਗਾ ਜੀ ਤੁਹਾਡੇ ਗਿੱਪੀ ਦਾ ਔਰ ਇਹ 그린 ਵਾਲਾ ਕਲਰ ਹੈਗਾ ਜੀ ਸ਼ਿੰਦੇ ਦਾ ਤੇ ਇਹ ਦੇਖਣਾ ਕਿਵੇਂ ਆ ਦੇਖੋ ਇਹ ਇਹਦੀ ਵੈਲਿਊਜ਼ ਤੁਹਾਡੀ ਹੋਈ 0 20 30 100 ਤੱਕ ਜਾ ਰਹੀ ਹੈ ਇਹ ਆ ਗਿਆ ਜੀ ਤੁਹਾਡਾ ਸਬਜੈਕਟ ਪੰਜਾਬੀ ਦੇਖੋ ਪੰਜਾਬੀ ਆਗਰ ਅਸੀਂ ਦੇਖਣਾ ਹੈ ਕਿ ਗਿੱਪੀ ਇਹ ਕਲਰ ਗਿੱਪੀ ਦਾ ਦੇਖੋ ਇਹਦੇ ਜਿਹਨੇ ਵੀ ਇਹ ਪੀਲਰਸ ਨੇ ਇਹ ਸਾਰੇ ਗਿੱਪੀ ਦੇ ਨੇ ਰੈਡ ਵਾਲੇ ਔਰ 그린 ਵਾਲੇ ਸਿੰਦੇ ਦੇ ਨਾ ਔਰ ਇਹ ਬਲੂ ਵਾਲੇ ਯਸ ਦੇ ਨਾ ਹੁਣ ਅਸੀਂ ਆ ਜਾਂਦੇ ਮਾਰਕਸ ਵਗੈਰਾ ਦੇਖਣੇ ਆ ਉਹ ਕਿਦੇ ਕਿੰਨੇ ਆ ਦੇਖੋ ਜਦੋਂ ਵੀ ਤੁਸੀਂ ਫੋਰ ਐਗਜ਼ਾਮਪਲ ਕਿ ਤੁਸੀਂ ਗਿੱਪੀ ਦੇ ਮੈਥ ਦੇ ਵਿੱਚ ਮਾਰਕਸ ਦੇਖਣੇ ਆ ਕਿੰਨੇ ਆ ਤਾਂ ਗਿੱਪੀ ਦਾ ਕਲਰ ਕਿਹੜਾ ਹੈ ਜੀ ਰੈੱਡ ਔਰ ਤੁਸੀਂ ਆਣਾ ਮੈਥ ਇਹ ਆ ਮੈਥ ਮੈ ਦੇ ਵਿੱਚ ਰੈੱਡ ਦੀ ਵੈਲਿਊ ਦੇਖੋ ਕਿੰਨੀ ਆ 20 ਦੇਖੋ ਅਸੀਂ ਕਰਸਰ ਲੈ ਕੇ ਗਏ ਆ ਤਾਂ ਉਹਦੇ ਉੱਪਰ ਤੁਹਾਨੂੰ ਉਹਦੀ ਵੈਲਿਊ ਸ਼ੋ ਕਰੇਗਾ ਇਹਦਾ ਹੋ ਗਿਆ ਜੀ ਉਹਦਾ ਅਗਰ ਇਹ ਪ੍ਰਿੰਟ ਆਊਟ ਹੈ ਤਾਂ ਉਹਦਾ ਤੁਸੀਂ ਕਿਵੇਂ ਦੇਖੋਗੇ ਅਗਰ ਤੁਹਾਡੇ ਕੋਲ ਇਹਦੀ ਹਾਰਡ ਕਾਪੀ ਹੈ ਫਿਰ ਤੁਸੀਂ ਉਹਨੂੰ ਕਿਵੇਂ ਦੇਖਣਾ ਕਿਉਂਕਿ ਫਿਰ ਕਰਸਰ ਜਦੋਂ ਤੁਸੀਂ ਲੈ ਕੇ ਜਾਓਗੇ ਤਾਂ ਉਸ ਤੇ ਵੈਲਿਊ ਤਾਂ ਸ਼ੋ ਹੋਏਗੀ ਨਹੀਂ ਤਾਂ ਤੁਸੀਂ ਉਹਨੂੰ ਸ਼ੋ ਕਰਨਾ ਜੀ ਇੱਥੋਂ ਇਹ 20 ਕਿੱਥੇ ਜਾ ਕੇ ਰੁਕ ਰਿਹਾ ਇਹ 20 ਤੱਕ ਐਦਾਂ ਹੀ ਗਿੱਪੀ ਦੇ ਅਸੀਂ ਹੁਣ ਦੇਖਨੇ ਆ ਜੀ ਐਸਐਸਟੀ ਦੇ ਵਿੱਚ ਮਾਰਕਸ ਤਾਂ ਇਹ ਇੱਥੇ ਰੁਕ ਜਾਂਦਾ ਯਾਨੀ ਕਿ ਇਹ ਕਿੱਥੇ ਰੁਕ ਰਿਹਾ 10 ਐਦਾਂ ਹੀ ਗਿੱਪੀ ਦੇ ਅਸੀਂ ਹੁਣ ਦੇਖਨੇ ਆ ਜੀ ਇੰਗਲਿਸ਼ ਦੇ ਵਿੱਚ ਮਾਰਕਸ ਤਾਂ ਗਿਪਲੀ ਦੇ ਇੰਗਲਿਸ਼ ਦੇ ਵਿੱਚ ਮਾਰਕਸ ਕਿੱਥੇ ਜਾ ਰਿਹਾ ਹੈ ਇੱਥੇ ਜਾ ਕੇ 50 ਤੇ ਐਦਾਂ ਹੀ ਗਿਪਲੀ ਦੇ ਦੇਖਣੇ ਆ ਜੀ ਆਪਾਂ ਨੇ ਹੁਣ ਪੰਜਾਬੀ ਦੇ ਵਿੱਚ ਮਾਰਕਸ ਔਰ ਇਹ ਪੰਜਾਬੀ ਦੇ ਵਿੱਚ ਕਿੱਥੇ ਜਾ ਕੇ ਰੁਕ ਰਿਹਾ ਹੈ 70 ਤੇ ਜਾ ਕੇ 70 ਤੇ ਠੀਕ ਹੈ ਜੀ ਇਹ ਆ ਜੀ ਤੁਹਾਡਾ ਗ੍ਰਾਫ ਏਨੀ ਕਿ ਚਾਰਟ ਔਰ ਇਹਦੇ ਆਪਾਂ ਡਿਜ਼ਾਈਨ ਆਪਾਂ ਚੇਂਜ ਕਰ ਸਕਦੇ ਆ 3D ਦੇ ਵਿੱਚੋਂ ਅਸੀਂ ਐਡਿਟ ਵੀ ਕਰ ਸਕਦੇ ਆ ਡਾਟਾ ਨੂੰ ਜਾਂ ਤਾਂ ਤੁਸੀਂ ਇਸ ਚਾਰਟ ਦੇ ਉੱਤੇ ਡਬਲ ਕਲਿੱਕ ਕਰ ਦਿਓ ਉਹ ਫਿਰ ਵੀ ਐਡਿਟ ਹੋ ਜਾਏਗਾ یا پھر ਤੁਸੀਂ ਇੱਥੇ অপਸ਼ਨ ਆ ਗਿਆ ਜੀ ਐਡਿਟ ਕਰਨ ਦੀ ক্লিক ਕਰੋ ਤੁਹਾਡੇ ਕੋਲ ਚਾਰਟ ਫਿਰ ਆ ਜਾਏਗਾ ਤੁਸੀਂ ویلیوز ਨੂੰ চেঞ্জ ਕਰਨਾ ਚਾਹੁੰਦੇ ਹੋ চেঞ্জ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਹੋਰ ਵਧਾਣਾ ਚਾਹੁੰਦੇ ਹੋ ਤਾਂ ਤੁਸੀਂ ਹੋਰ ਵਧਾ ਸਕਦੇ ਹੋ ਐਡ ਕਰ ਸਕਦੇ ਹੋ ਠੀਕ ਹੈ ਜੀ ਔਰ ਅਗਰ ਤੁਸੀਂ ਜਿਹੜਾ ਇਹ ਤੁਹਾਡਾ ਇਹ ਗ੍ਰਾਫ ਇਹ ਚਾਰਟ ਬਣਿਆ ਹੋਇਆ ਹੈ ਨਾ ਅਗਰ ਇਹਦੀ ਵੈਲਿਊਜ਼ ਤੁਸੀਂ ਇਹ ਚੇਂਜ ਕਰਨੀਆਂ ਮਤਲਬ ਚਾਰਟ ਟਾਈਪ ਦਾ ਚੇਂਜ ਕਰਨਾ ਹੈ ਸਵਿਚ ਟੂ ਕਾਲਮ ਮਤਲਬ ਕਿ ਅਗਰ ਇਹ ਕਾਲਮ ਨੂੰ ਰੋਸ ਚ ਲੈ ਕੇ ਜਾਣਾ ਰੋਸ ਨੂੰ ਕਾਲਮ ਦਾ ਹੁਣ ਜਸ ਜੀ ਪੀਏ ਹੈ ਨਾ ਇੱਥੇ ਸਬਜੈਕਟ ਆ ਜਾਣਗੇ ਅਗਰ ਅਸੀਂ ਅ ਸਵਿਚ ਟੂ ਰੋਸ ਸਵਿਚ ਟੂ ਕਾਲਮ ਕਰਾਂਗੇ ਦੇਖੋ ਔਰੇ ਹੁਣ ਪੰਜਾਬੀ ਇੰਗਲਿਸ਼ ਮੈਥ ਐਸਐਸਟੀ ਇਹ ਕਲਰ ਦੇ ਸਬਜੈਕਟ ਹੋਗੇ ਇਹ ਨਾ ਹੋਗੇ ਮਤਲਬ ਉਲਟ ਹੋ ਗਿਆ ਨਾ ਉਸ ਤੋਂ ਮਤਲਬ ਕਿ ਕਾਲਮ ਨੂੰ ਸਵਿਚ ਕਰਤਾ ਰੋ ਦੇ ਵਿੱਚ ਰੋ ਨੂੰ ਸਵਿਚ ਕਰ ਦਿੰਦੇ ਆ ਕਾਲਮ ਦੇ ਵਿੱਚ ਇਥੋਂ ਠੀਕ ਹੈ ਜੀ ਹੁਣ ਤੁਸੀਂ ਚਾਰਟ ਜਿਹੜੇ ਹੈਗੇ ਆ ਉਹਨਾਂ ਨੂੰ ਚੇਂਜ ਵੀ ਕਰ ਸਕਦੇ ਹੋ ਅਗਰ ਤੁਸੀਂ ਚਾਰਟ ਦੇ ਜਿਹੜੇ ਇਹ ਆ ਅ ਚਾਰਟ ਦੇ ਜਿਹੜੇ ਟਾਈਪਸ ਆ ਇਹ ਆ ਇਹਨਾਂ ਨੂੰ ਆਪਾਂ ਚੇਂਜ ਕਰ ਸਕਦੇ ਹਾਂ ਕਿ ਲਾਈਨਸ ਦੇ ਵਿੱਚ ਕਰਨਾ ਹੈ ਪਾਈ ਦੇ ਵਿੱਚ ਕਰਨਾ ਹੈ ਅਗਰ ਤੁਸੀਂ ਇਹਨੂੰ ਪਾਈ ਦੇ ਵਿੱਚ ਆ ਕੋਈ ਵੀ ਇਦਾਂ ਕਲਿੱਕ ਕਰੋਗੇ ਤਾਂ ਉਹ ਉਸ ਤਰ੍ਹਾਂ ਦਾ ਹੀ ਉਦਾਂ ਦਾ ਹੀ ਸ਼ੋ ਹੋ ਜਾਏਗਾ ਠੀਕ ਹੈ ਜੀ ਇੱਕ ਮਿੰਟ ਤੁਸੀਂ ਇਦਾਂ ਇਹ ਉਦਾਂ ਦਾ ਹੀ ਸ਼ੋ ਹੋ ਜਾਏਗਾ ਚਾਰਟ ਮੈਨਾਂ ਜੀਵ ਕੇ ਸਾਨੂੰ ਇਹ ਦੇਖਣਾ ਕਈ ਬਚਨ ਨਹੀਂ ਪਤਾ ਲੱਗਦਾ ਵੀ ਕਿਵੇਂ ਦੇਖਣਾ ਹੈ ਉਹ ਚਾਰਟ ਤੁਹਾਨੂੰ ਦੇਖਣਾ ਸਮਝਣਾ ਉਹ ਆਣਾ ਚਾਹੀਦਾ ਕਿ ਕਿਵੇਂ ਆ ਠੀਕ ਹੈ ਜੀ ਦੇਖੋ ਹੁਣ ਇਹ ਤਾਂ ਕਾਫੀ ਐਡਵਾਂਸ ਹੋ ਗਏ ਹਨ ਐਮ ਐਸ ਵਰਡ ਐਕਸਲ ਤਾਂ ਤੁਸੀਂ ਕਸਰ ਲੈ ਕੇ ਜਾਓਗੇ ਤਾਂ ਉਸ ਤੇ ਉੱਤੇ ਵੈਲਿਊ ਸ਼ੋ ਹੋ ਜਾਂਦੀ ਹੈ ਕਿ ਇਹਦੀ ਵੈਲਿਊ ਐ ਨਹੀਂ ਹੈ ਅਗਰ ਇਹ ਪ੍ਰਿੰਟ ਆਊਟ ਹਾਰਡ ਕਾਪੀ ਹੋਏਗੀ ਉੱਥੇ ਤੁਹਾਨੂੰ ਦਿੱਕਤ ਹੋएगी ਉਸ ਤੇ ਤੁਹਾਨੂੰ ਕੀ ਹੁੰਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ ਜਾ ਕੇ ਰੁਕ ਰਹੀ ਹੈ ਤਾਂ ਉਦੋਂ ਸਾਡਾ ਚੂਦਾ ਵੈਲਿਊਮੀਟਰ ਦਿੱਤਾ ਹੁੰਦਾ ਉਥੋਂ ਤੁਸੀਂ ਅੰਦਾਜ਼ਾ ਦੇਖ ਸਕਦੇ ਹੋ ਕਿ ਇਸਦੀ ਵੈਲਿਊ ਕਿੰਨੀ ਹੈ ਠੀਕ ਹੈ ਜੀ ਇਹ ਤਾਂ ਅਸੀਂ ਤੁਹਾਡਾ ਜੀ ਚਾਰਟ ਅੱਦਈ ਹੁਣ ਹੈ ਜੀ ਇੱਕ ਹਾਈਪਰਲਿੰਕ ਦੇਖੋ ਇੱਕ ਹਾਈਪਰਲਿੰਕ ਦਾ ਹੁੰਦਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਵੀ ਤੁਹਾਡਾ ਇਹ ਐਮਐਸਓ ਵਰਡ ਉਹਦਾ ਕੰਪਿਊਟਰ ਦਾ ਜਿੰਨਾ ਵੀ ਇੰਟਰਨੈਟ ਦਾ ਕੰਮ ਹੈ ਉਹ ਸਾਰਾ ਲਿੰਕਸ ਦੇ ਜ਼ਰੀਏ ਬਣਿਆ ਹੁੰਦਾ ਆਪਾਂ ਕਲਿੱਕ ਕਰਦੇ ਆ ਤਾਂ ਸਾਡੇ ਕੋਲ ਇੱਕ ਲਿੰਕ ਓਪਨ ਹੋ ਜਾਂਦਾ ਹੈਨਾ ਅਸੀਂ ਉਸਤੇ ਕਲਿੱਕ ਕਰਦੇ ਹਾਂ ਉਸ ਤੋਂ ਅੱਗੇ ਕੁਝ ਓਪਨ ਹੋ ਜਾਂਦਾ ਹੈ ਮਤਲਬ ਕਿ ਉਹ ਇੱਕ ਤਰ੍ਹਾਂ ਲਿੰਕ ਦਾ ਮਤਲਬ ਹੈ ਅੱਗੇ ਤੋਂ ਅੱਗੇ ਇੱਕ ਨੂੰ ਦੂਜੇ ਨਾਲ ਦੂਜੇ ਨੂੰ ਤੀਜੇ ਨਾਲ ਜੋੜਨਾ ਹੈਨਾ ਉਹ ਹੋ ਗਿਆ ਜੀ ਹਾਈਪਰਲਿੰਕ ਐਦਾਂ ਮਤਲਬ ਲਿੰਕ ਕਰਨਾ ਉਹਨੂੰ ਹੁਣ ਇਹ ਹਾਈਪਰਲਿੰਕ ਅਸੀਂ ਆਏ ਹਾਂ ਇਹਦੇ MS Word ਦੇ ਵਿੱਚ ਉਹਨੂੰ ਅਸੀਂ ਕਿਵੇਂ ਯੂਜ਼ ਕਰਨਾ ਹੈ ਜਿਵੇਂ ਇੱਕ ਮੈਂ ਤੁਹਾਨੂੰ ਛੋਟੀ ਐਗਜ਼ਾਮਪਲ ਦਿੰਦਾ ਹਾਂ ਅ ਜਿਵੇਂ ਇੱਕ ਬੁੱਕ ਹੁੰਦੀ ਹੈ ਹੈਨਾ ਬੁੱਕ ਦੇ ਅੱਗੇ ਸਭ ਤੋਂ ਫਰਸਟ ਪੇਜ ਤੇ ਇੱਕ ਲਿਖਾ ਹੁੰਦਾ ਇੰਡੈਕਸ ਪੇਜ ਹੁੰਦਾ ਅ ਦੇਦੇ ਸਾਰੇ ਲੈਸਨ ਦੇ ਨਾਮ ਲਿਖੇ ਹੁੰਦੇ ਆ ਹਨਾ ਇਹ ਬਈ 1 ਨੰਬਰ ਲੈਸਨ 4 ਨੰਬਰ ਪੇਜ ਤੋਂ ਸ਼ੁਰੂ ਹੋਏਗਾ ਔਰ 5 ਨੰਬਰ ਲੈਸਨ 80 ਨੰਬਰ ਪੇਜ ਤੇ ਸ਼ੁਰੂ ਹੋਏਗਾ ਯਾ ਕੋਈ ਵੀ ਨੰਬਰ ਹਨਾ ਐਦਾਂ ਹੀ ਇਹਦੇ ਚ ਇੱਕ ਲਿਸਟ ਹੋਏਗੀ ਅਸੀਂ ਹੈਪਨਿੰਗ ਇਹਦੇ ਚ ਮੈਂ ਇੱਕ ਤੁਹਾਨੂੰ ਬਣਾ ਕੇ ਦਿਖਾਉਂਗਾ ਵੀ ਮੈਂ ਕੁਝ ਬੰਦਿਆਂ ਦੇ ਨਾਮ ਉਰੇ ਲਿਖਾਂਗਾ ਔਰ ਮੈਂ ਉਸ ਤੇ ਕਲਿੱਕ ਕਰਾਂਗਾ ਤਾਂ ਮਨ ਉਹਦੀ ਇਨਫੋ ਨਿਕਲ ਕੇ ਸਾਹਮਣੇ ਆ ਜਾਏਗੀ ਮਤਲਬ ਉਹਦਾ ਅਜ਼ਿਊਮ ਇੱਕ ਮੈਂ ਬਣਾ ਕੇ ਰੱਖੂਗਾ ਦੇਖੋ ਸਭ ਤੋਂ ਪਹਿਲਾਂ ਮੈਂ ਐਗਜ਼ਾਮਪਲ ਫਿਲਹਾਲ ਤੁਹਾਨੂੰ ਦੱਸਣ ਦੇ ਲਈ ਮੈਂ ਤਿੰਨ ਰੈਜ਼ਿਊਮ ਪਹਿਲਾਂ ਹੀ ਬਣਾ ਕੇ ਰੱਖੇ ਹੋਏ ਨੇ ਉਹ ਜਿਮਾ ਮਤਲਬ ਕਿਸੇ ਵੀ ਨਾਮ ਤੇ ਹੈ ਨਾ ਤਿੰਨ ਇੱਕ ਅਲੱਗ-ਅਲੱਗ ਬਣਾ ਕੇ ਮੈਂ ਸੇਵ ਕਰਕੇ ਰੱਖ ਲਏ ਹੁਣ ਉਰੇ ਮੈਂ ਕੀ ਕਰਨਾ ਮੈਂ ਤਿੰਨਾਂ ਦੇ ਨਾਂ ਲਿਖੂਗਾ ਠੀਕ ਹੈ ਜੀ ਮੰਨ ਲਓ ਪਹਿਲਾ ਮੈਂ ਲਿਖੂਗਾ ਜੀ ਗੁਰਪ੍ਰੀਤ ਸਿੰਘ ਠੀਕ ਹੈ ਜੀ ਔਰ ਥੋੜੀ ਸਪੇਸ ਛੱਡ ਕੇ ਮੈਂ ਦੂਸਰਾ ਨਾਮ ਪਹਿਲਾਂ ਮੈਂ ਦੇਖ ਲਮਾ ਵੀ ਤਿੰਨ ਨਾਮ ਕਿਹੜੇ-ਕਿਹੜੇ ਨੇ ਇਹ ਤਿੰਨ ਨਾਮ ਆ ਗੁਰਪ੍ਰੀਤ ਰਸ਼ਪਾਲ ਆਰੇ ਕੋਲ ਗਰੁੱਪ ਪ੍ਰੋਫਾਈਲ ਦੋ ਨਾਮ ਹੋ ਗਏ ਚਲੋ ਅਸੀਂ ਨਾਮ ਆ ਉਹਦਾ ਚੇਂਜ ਕਰ ਦਿੰਦਾ ਇੱਕ ਦਾ ਇੱਕ ਗਰੁੱਪ ਪ੍ਰੋਫਾਈਲ ਦਾ ਨਾਮ ਚੇਂਜ ਕਰ ਦिए ਔਰੇ ਕੋਈ ਵੀ ਲਿਖ ਦिए ਆਪਣਾ ਨਾਮ ਬਲਜਿੰਦਰ ਚਾਹੇ ਇੱਕ ਮੈਂ ਨਾਮ ਔਰੇ ਲਿਖਤਾ ਜੀ ਆਪਾਂ ਨੇ ਬਲਜਿੰਦਰ ਸਿੰਘ ਹੁਣ ਦੇਖੋ ਮੈਂ ਥੋੜਾ ਜ਼ੂਮ ਕਰ ਲਵਾਂ ਨੰਬਰਿੰਗ ਲਗਾਨੀ ਹੈ ਅੱਗੇ ਅ ਨੰਬਰਿੰਗ ਲਗਾ ਦਿਓ ਹੁਣ ਦੇਖੋ ਹਾਈਪਰਲਿੰਕ ਕਰਨਾ ਇਹਨੂੰ ਦੇਖੋ ਹਾਈਪਰਲਿੰਕ ਅਗਰ ਤੁਹਾਡੀ ਵਰਡ ਦੀ ਫਾਈਲ ਨੂੰ ਤੁਸੀਂ ਲਗਾਣਾ ਵੈਸੇ ਆਪਾਂ ਕੋਈ ਵੀ ਫਾਈਲ ਲਗਾ ਸਕਦੇ ਹਾਂ ਚਾਹੇ ਕੋਈ ਪਿਕਚਰ ਚਾਹੇ ਐਕਸਲ ਦੀ ਹੈ ਨਾ ਜਾਂ ਕੋਈ ਪੀਡੀਐਫ ਫਾਈਲ ਮੈਂ ਫਿਲਹਾਲ MS Word ਦੇ ਵਿੱਚ ਆਪਾਂ Word ਦੀ ਫਾਈਲ ਦਾ ਇੱਕ ਲਿੰਕ ਕਰਕੇ ਦੇਖਾਂਗੇ ਦੇਖੋ ਉਹ ਫਾਈਲਾਂ ਸੇਵ ਹੋਈਆਂ ਹੋਣੀਆਂ ਚਾਹੀਦੀਆਂ ਐਧਰ ਨਹੀਂ ਕਿ ਤੁਸੀਂ ਇੱਕ ਨਵਾਂ ਪੇਜ ਲੈ ਲਿਆ ਉੱਤੇ ਟਾਈਪ ਕਰਕੇ ਰੱਖ ਲਿਆ ਬਸ ਅਗਰ ਤੁਸੀਂ ਉਹਨੂੰ ਸੇਵ ਹੀ ਨਹੀਂ ਕੀਤਾ ਹਨ ਤਾਂ ਇੱਕ ਫਾਈਲ ਨਹੀਂ ਬਣੀ ਜਦ ਤੁਸੀਂ ਉਹਨੂੰ ਸੇਵ ਕਰਕੇ ਉਹਨੂੰ ਆਪਣੇ PC ਤੇ ਕਿਸੇ ਫੋਲਡਰ ਚ ਰੱਖ ਲਿਆ ਉਹ ਇੱਕ ਫਾਈਲ ਬਣ ਗਈ ਆ ਹਨਾ ਅਸੀਂ ਜਦੋਂ ਲਿੰਕ ਦੇਣਾ ਹੈ ਤਾਂ ਉਹ ਉਸ ਫਾਈਲ ਦੀ ਲੋਕੇਸ਼ਨ ਪੁੱਛੇਗਾ ਵੀ ਤੁਸੀਂ ਸਾਡੀ ਫਾਈਲ ਕਿੱਥੇ ਪਈ ਹੈ ਤਾਂ ਕਿ ਉਹਨੂੰ ਲਿੰਕ ਦੇ ਸਕੇ ਹੁਣ ਸਭ ਤੋਂ ਪਹਿਲਾਂ ਦੇਖੋ ਗੁਰਪ੍ਰੀਤ ਨਾਮ ਦੀ ਇਸ ਫਾਈਲ ਨੂੰ ਮੈਂ ਸਿਲੈਕਟ ਕੀਤਾ ਔਰ ਹਾਈਪਰਲਿੰਕ ਦੀ ਆਪਸ਼ਨ ਤੇ ਜਾਊਂਗਾ ਦੇਖੋ ਹਾਈਪਰਲਿੰਕ ਦੀ ਸ਼ਾਰਟਕਟ ਹੈਗੀ ਹੈ ਜੀ ਕੰਟਰੋਲ ਕੇ ਵੈਸੇ ਇਹ ਹੈ ਜੀ ਹਾਈਪਰਲਿੰਕ ਔਰ ਇਹ ਹੈ ਜੀ ਕੰ ਸ਼ਾਰਟਕਟ ਠੀਕ ਹੈ ਜੀ ਕੰਟਰੋਲ ਕੇ ਤੇ ਮੈਂ ਜਦੋਂ ਕਲਿੱਕ ਕਰੂੰਗਾ ਤਾਂ ਤੁਹਾਡੇ ਕੋਲ ਉਹ ਇਨਸਰਟ ਕਰਨ ਲਈ ਪੁੱਛੇਗਾ ਕਿ ਤੁਹਾਡੀ ਫਾਈਲ ਕਿੱਥੇ ਪਈ ਹੈ ਹੁਣ ਉਸ ਤੁਸੀਂ ਆਪਣੀ ਫਾਈਲ ਉਹ ਕੱਢਣੀ ਆ ਤੁਹਾਡੀ ਫਾਈਲ ਪਈ ਸੀ ਮਾਈ ਕੰਪਿਊਟਰ ਦੇ ਹਨ ਕਿਸੇ ਵੀ ਫੋਲਡਰ ਵਿੱਚ ਤੁਹਾਡੀ ਫਾਈਲ ਪਈ ਆ ਤਦ ਤੁਸੀਂ ਉੱਥੋਂ ਆਪਣੀ ਉਸ ਫਾਈਲ ਨੂੰ ਲੈਣਾ ਹੈ ਸੈਂਪਲਸ ਕਿਸ ਨਕੀ ਨਾ ਸੀ ਉਸ ਦਾ ਨਾਮ ਜੋ ਮੈਂ ਸਿਲੇਕਟ ਕੀਤਾ ਹੈ ਗੁਰਪ੍ਰੀਤ ਤਾਂ ਮੈਂ ਗੁਰਪ੍ਰੀਤ ਦੀ ਫਾਈਲ ਨੂੰ ਗੁਰਪ੍ਰੀਤ ਦੀ ਫਾਈਲ ਦਾ ਲਿੰਕ ਦੇ ਕੇ ਓਕੇ ਕਰ ਦਿਆਂਗਾ ਦੇਖੋ ਇਹਦਾ ਕਲਰ ਚੇਂਜ ਹੋ ਗਿਆ ਔਰ ਜਦੋਂ ਇਹਦਾ ਕਲਰ ਚੇਂਜ ਹੋ ਜਾਂਦਾ ਹੈ ਨਾ ਤਾਂ ਤੁਸੀਂ ਜਦੋਂ ਇਸ ਤੇ 커ਸਰ ਲੈ ਕੇ ਜਾਓਗੇ ਤਾਂ ਉਹ ਕਹਿੰਦਾ ਕਿ ਤੁਸੀਂ ਕੰਟਰੋਲ ਦਬਕੇ ਬਟਨ ਪ੍ਰੈਸ ਕਰਨਾ ਹੈ ਤਾਂ ਤੁਹਾਡੇ ਕੋਲ ਐਦਾ ਹੈਂਡ ਆਪ ਦਾ ਸਾਈਨ ਆ ਜਾਏਗਾ ਤਾਂ ਕਿ ਜਦੋਂ ਆ ਕੰਪਿਊਟਰ ਦੇ ਆਪਣਾ ਇੰਟਰਨੈਟ ਤੇ ਉਹਦੇ ਚਾਹਨਾ ਹੁੰਦਾ ਨਾ ਅਸੀਂ ਕਲਿੱਕ ਕਰਾਂਗੇ ਤਾਂ ਉਹ ਫਾਈਲ ਓਪਨ ਹੋ ਜਾਏਗੀ ਇਸੇ ਤਰ੍ਹਾਂ ਫਿਲਹਾਲ ਮੈਂ ਦੂਜੀ ਫਾਈਲ ਨੂੰ ਲਿੰਕ ਦੇ ਦਈਏ ਕੰਟਰੋਲ ਕੇ ਉਸੇ ਤਰ੍ਹਾਂ ਤੁਸੀਂ ਇਹਨੂੰ ਦੱਸਣਾ ਕਿ ਤੁਹਾਡੀ ਉਹ ਫਾਈਲ ਕਿੱਥੇ ਪਈ ਹੈ ਸੈਂਪਲ ਔਰ ਏ ਸੀ ਰਸ਼ਪਾਲ ਠੀਕ ਹੈ ਐਸੇ ਤਰ੍ਹਾਂ ਤੀਸਰੀ ਹੈ ਕੰਟਰੋਲ ਕੇ this ਇਹਨਾਂ ਤਿੰਨੋ ਫਾਈਲਾਂ ਨੂੰ ਲਿੰਕ ਹੋ ਗਏ ਹੁਣ ਮੈਂ ਕਲਿੱਕ ਕਰਕੇ ਓਪਨ ਕਰਕੇ ਦੇਖੋ ਦੇਖੋ ਇਹ ਤਾਂ ਕੋਈ ਫਾਈਲ ਓਪਨ ਨਹੀਂ ਹੋਈ ਹੋਈ ਸਿਰਫ ਇੱਕੋ ਹੀ ਸਾਲ MS ਵਰਡ ਦੀ ਓਪਨ ਹੈ ਜਿਹੜੀ ਇਹ ਵਾਲੀ ਹੈ ਔਰ ਇਹਨੂੰ ਮੈਂ ਸੇਵ ਨਹੀਂ ਕੀਤਾ ਸਭ ਤੋਂ ਪਹਿਲਾਂ ਤਾਂ ਇਹਨੂੰ ਸੇਵ ਕਰੀਏ ਠੀਕ ਹੈ ਜੀ ਸੇਵ ਕਰਦੇ ਹਾਂ ਫਾਈਲ ਨੂੰ ਅ ਉੱਥੇ ਹੀ ਸੇਵ ਕਰਦੇ ਹਾਂ ਜਿੱਥੇ ਬਾਕੀ ਫਾਈਲਾਂ ਪਈਆਂ ਤਿੰਨ ਇਸ ਦੇ ਨਾਲ ਦੀਆਂ ਰਜ਼ਿਮ ਫੋਲਡਰ ਸੈਂਪਲ ਔਰੇ ਮੈਂ ਕਰੂੰਗਾ ਜੀ ਇੰਡੈਕਸ ਠੀਕ ਹੈ ਜੀ ਇਸ ਨਾਮ ਤੇ ਇਸ ਨੂੰ ਮੈਂ ਸੇਵ ਕਰਤਾ ਤਾਂ ਉਹ ਫਾਈਲ ਉੱਥੇ ਜਾ ਕੇ ਸੇਵ ਹੋ ਗਈ ਇਹ ਨਾਮ ਉੱਥੇ ਉੱਪਰ ਉੱਤੇ ਦੇਖੋ ਸ਼ੋਅ ਰ ਹੁਣ ਮੈਂ ਰਸ਼ਪਾਲ ਤੇ ਕੰਟਰੋਲ ਪ੍ਰੈਸ ਕਰਕੇ ਕਲਿੱਕ ਕਰਾਂਗਾ ਦੇਖੋ ਉਸ ਦੀ ਫਾਈਲ ਜੋ ਸੀ ਉਹ ਓਪਨ ਹੋ ਚੁੱਕੀ ਹੈ ਹੁਣ ਇੱਥੇ ਤੁਸੀਂ ਕੀ ਕਰਾਂ ਦੇਖੋ ਫਿਲਹਾਲ ਤਾਂ ਪਹਿਲੀ ਗੱਲ ਦੋ ਫਾਈਲਾਂ ਓਪਨ ਹੋ ਗਈਆਂ ਠੀਕ ਅਗਰ ਹੁਣ ਇੱਥੇ ਮੈਂ ਵਾਪਸ ਵਰਸ ਉਸ ਫਾਈਲ ਤੇ ਜਾਣ ਲਈ ਕੀ ਕਰਨਾ ਹੈ ਵੈਸੇ ਉਹਦਾ ਵੀ ਮੈਂ ਲਿੰਕ ਬਣਾਣਾ ਕਿਉਂਕਿ ਅਸੀਂ ਇੱਕ ਪੌੜੀ ਤੇ ਚੜ ਗਏ ਹੁਣ ਉਤਰਨ ਲਈ ਵੀ ਰਸਤਾ ਚਾਹੀਦਾ ਸਾਨੂੰ ਹੁਣ ਕੀ ਕਰਨਾ ਮੈਂ ਇੰਡੈਕਸ ਪੇਜ ਤੋਂ ਇੱਕ ਫਾਈਲ ਤੇ ਰਚਪਾਲ ਦੀ ਨਾਂ ਤੇ ਕਲਿੱਕ ਕੀਤਾ ਤਾਂ ਉਹ ਫਾਈਲ ਓਪਨ ਹੋ ਗਈ ਠੀਕ ਹੁਣ ਰਚਪਾਲ ਦੀ ਜਿਹੜੀ ਫਾਈਲ ਹੈ ਇਹਦੇ ਤੋਂ ਮੈਨੂੰ ਵਾਪਸ ਇੰਡੈਕਸ ਤੇ ਜਾਣਾ ਹੈ ਤਾਂ ਮੈਂ ਮੈਨੂੰ ਇੱਥੇ ਕਿਤੇ ਕੀ ਕਰਨਾ ਪਏਗਾ ਕਿਤੇ ਵੀ ਬੈਕ ਬਟਨ ਮੈਂ ਉਹਰੇ ਬਣਾ ਦੂੰਗਾ ਬੀਏਸੀਕੇ ਬੈਕ ਠੀਕ ਹੈ ਜੀ ਔਰ ਮੈਂ ਇਸ ਨੂੰ ਸਿਲੈਕਟ ਕਰਕੇ ਇਹਨੂੰ ਵੀ ਹਾਈਪਰ ਲਿੰਕ ਦੇਣਾ ਇੰਡੈਕਸ ਵਾਲੀ ਫਾਈਲ ਦਾ ਕੰਟਰੋਲ ਕੇ ਔਰ ਉਹ ਫਾਈਲ ਦਾ ਮੈਂ ਜਿਹੜੀ ਸੇਵ ਕੀਤੀ ਸੀ ਜਿਹੜੀ ਇੰਡੈਕਸ ਫਾਈਲ ਸੀ ਉਸ ਨੂੰ ਮੈਂ ਇੰਡੈਕਸ ਨਾਮ ਦੇ ਨਾਲ ਸੇਵ ਕੀਤਾ ਸੀ ਇਸ ਫਾਈਲ ਦਾ ਮੈਂ ਉਹ ਲਿੰਕ ਦੇ ਦਿੱਤਾ ਠੀਕ ਹੈ ਜੀ ਔਰ ਇੱਥੇ ਮੈਂ ਕੰਟਰੋਲ ਪ੍ਰੈਸ ਕਰਕੇ ਕਲਿੱਕ ਕਰਾਂਗਾ ਮੈਂ ਵਾਪਸ ਉਸ ਫੇਲ ਤੇ ਫਿਰ ਦੁਬਾਰਾ ਆ ਗਿਆ ਵਾਪਸ ਠੀਕ ਹੈ ਨਾ ਇੰਡੈਕਸ ਵਾਲੇ ਮੇਨ ਪੇਜ ਤੇ ਉਸ ਤੋਂ ਬਾਅਦ ਮੈਂ ਗੁਰਪ੍ਰੀਤ ਦੀ ਫਾਈਲ ਤੇ ਕਲਿੱਕ ਕਰੂੰਗਾ ਤਾਂ ਇਹ ਆ ਗਿਆ ਠੀਕ ਹੈ ਜੀ ਹੁਣ ਇੱਥੇ ਮੈਂ ਫਿਰ ਵਾਪਸ ਜਾਣਾ ਉਦਾਂ ਹੀ ਇੰਡੈਕਸ ਵਾਲੀ ਪੇਜ ਤੇ ਉਹਦੇ ਲਈ ਮੈਨੂੰ ਇੱਥੇ ਵੀ ਬੈਕ ਬਟਨ ਯੂਜ਼ ਕਰਨਾ ਹੈ ਉਹ ਬਣਾਉਣਾ ਪਏਗਾ ਬੀ ਐ ਸੀ ਕੇ ਠੀਕ ਹੈ ਜੀ ਔਰ ਕੰਟਰੋਲ ਕੇ ਇਸ ਨੂੰ ਮੈਂ ਫੇਰ ਇੰਡੈਕਸ ਵਾਲੀ ਫਾਈਲ ਤੇ ਕਲਿੱਕ ਕਰ ਮਤਲਬ ਲਿੰਕ ਦੇਣਾ ਹੈ ਕੰਟਰੋਲ ਕੇ ਇਸ ਲਈ ਹੁਣ ਇੱਥੇ ਆ ਗਏ ਜੀ ਬਲਜਿੰਦਰ ਦਾ ਥੈਨ ਐਂਡ ਥੈਨ ਇਹ ਕਰਨਾ ਹੈ ਸੌਰੀ ਉਹ ਤਾਂ ਠੀਕ ਹੈ ਇਸੇ ਤਰ੍ਹਾਂ ਬਾਕੀ ਹੁੰਦਾ ਹੈ ਇਸੇ ਤਰ੍ਹਾਂ ਇੱਥੇ ਦਰਮੇ ਇਸ ਤੇ ਕਲਿੱਕ ਕਰੂੰਗਾ ਤਾਂ ਉਹ ਵਾਲੀ ਫਾਈਲ ਆ ਬਲਜਿੰਦਰ ਵਾਲੀ ਕਿਉਂਕਿ ਇਹਦੇ ਵਿੱਚ ਮੈਂ ਨਾ ਗੁਰਪ੍ਰੀਤਦਰ ਰਜੀਮ ਸੀ ਉਹ ਸਿਰਫ ਨਾਮ ਚੇਂਜ ਕੀਤਾ ਸੀ ਇਸ ਕਰਕੇ ਔਰ ਇੱਥੇ ਵੀ ਮੈਨੂੰ ਫਿਰ ਬੈਕ ਦਾ ਬਟਨ ਬਣਾਉਣਾ ਪਏਗਾ ਕਿਉਂਕਿ ਇੱਥੋਂ ਵੀ ਮੈਂ ਵਾਪਸ ਉੱਥੇ ਜਾਣਾ ਚਾਹੁੰਦਾ ਹਾਂ ਠੀਕ ਕੰਟਰੋਲ ਕੇ ਇੰਡੈਕਸ ਔਰ ਇੱਥੇ ਬੈਕ ਹੁਣ ਦੇਖੋ ਇਹ ਸਾਰਾ ਮਤਲਬ ਸਰਕਲ ਤੁਹਾਡਾ ਇਹ ਪੂਰਾ ਹੋ ਗਿਆ ਹਨਾ ਕਿ ਤੁਸੀਂ ਇੱਕ ਇੰਡੈਕਸ ਪੇਜ ਬਣਾਇਆ ਉਹਦੇ ਵਿੱਚ ਕੀ ਕੀਤਾ ਤੁਸੀਂ ਲਿੰਕ ਦਿੱਤੇ ਤਿੰਨ ਨਾਮ ਤੁਸੀਂ ਦਿੱਤੇ ਆ ਤਿੰਨ ਦੇਖੋ ਇਹ ਵੱਧ ਵੀ ਹਨਾ ਜਿਵੇਂ ਵੀ ਤੁਹਾਡੇ ਕੰਮ ਦੇ ਕਰਨਗੇ ਵੱਧ ਘਟੋਲੇ ਐਗਜ਼ਾਮਪਲ ਲਈ ਮੈਂ ਤਿੰਨ ਦਿੱਤੇ ਆ ਇਹ ਤੁਹਾਡਾ ਇੰਡੈਕਸ ਪੇਜ ਹੋ ਗਿਆ ਮੈਂ ਗੁਰਪ੍ਰੀਤ ਤੇ ਕਲਿੱਕ ਕਰਾਂਗਾ ਤਾਂ ਉਹ ਮੈਨੂੰ ਗੁਰਪ੍ਰੀਤ ਦਾ ਪੂਰਾ ਬਾਇਓ ਡਾਟਾ ਸਕਰੀਨ ਤੇ ਆ ਜਾਏਗਾ ਮੈਂ ਰਚਪਾਲ ਤੇ ਕਲਿੱਕ ਕਰੂੰਗਾ ਤਾਂ ਮੈਨੂੰ ਰਚਪਾਲ ਦਾ ਦੇਖੋ ਜਦੋਂ ਮੈਂ ਇਸ ਤੇ ਕਲਿੱਕ ਕਰਦਾ ਇਹ ਆ ਗਿਆ ਗੁਰਪ੍ਰੀਤ ਦਾ ਡਾਟਾ ਤਾਂ ਇੱਥੇ ਬੈਕ ਦਾ ਬਟਨ ਹੈ ਕਲਿੱਕ ਕਰੋ ਮੈਂ ਫੇਰ ਉੱਥੇ ਵਾਪਸ ਆ ਗਿਆ ਇੱਥੇ ਫੇਰ ਕਲਿੱਕ ਕਰੂੰਗਾ ਇੱਥੇ ਫੇਰ ਕਲਿੱਕ ਕਰੋ ਮੈਂ ਫੇਰ ਵਾਪਸ ਆ ਗਿਆ ਇੱਥੇ ਕਲਿੱਕ ਕਰੋ ਇੱਥੇ ਕਲਿੱਕ ਕਰਾਂ ਇਹ ਫੇਰ ਵਾਪਸ ਆ ਗਿਆ ਠੀਕ ਹੈ ਨਾ ਹੁਣ ਤੁਸੀਂ ਜੋ ਵੀ ਚੇਂਜਸ ਕੀਤੇ ਆ ਇਹਨਾਂ ਨੂੰ ਐਂਡ ਦੇ ਵਿੱਚ ਤੁਸੀਂ ਸੇਵ ਜ਼ਰੂਰ ਕਰਨਾ ਹੈ ਠੀਕ ਹੈ ਮੈਂ ਇਸ ਨੂੰ ਸੇਵ ਕੀਤਾ ਇਹਨੂੰ ਕਰ ਦੋ ਕਲੋਜ਼ ਔਰ ਇਸ ਫਾਈਲ ਨੂੰ ਮੈਂ ਸੇਵ ਕੀਤਾ ਇਹਨੂੰ ਵੀ ਕਰ ਦੋ ਕਲੋਜ਼ ਇਸ ਨੂੰ ਵੀ ਸੇਵ ਕੀਤਾ ਕਲੋਜ਼ ਇਸ ਨੂੰ ਵੀ ਸੇਵ ਕੀਤਾ ਕਲੋਜ਼ ਦੇਖੋ ਸਾਰਾ ਕਲੋਜ਼ ਹੋ ਗਿਆ ਹੁਣ ਤੁਸੀਂ ਕੀ ਕਰਨਾ ਇਹ ਤੁਹਾਡੀਆਂ ਚਾਰ ਫਾਈਲਾਂ ਟੋਟਲ ਇੱਥੇ ਹੋਈ ਪਈਆਂ ਦੇਖੋ ਇੱਕ ਤੁਹਾਡਾ ਇੰਡੈਕਸ ਤੇ ਤਿੰਨ ਤੁਹਾਡੇ ਉਹ ਜਿਹੜੇ ਬਾਇਓ ਡਾਟਾ ਕਿਸੇ ਦਾ ਰਿਜ਼ਿਊਮ ਆਂ ਵਗੈਰਾ ਬਣਾ ਹੋਏ ਸੀ ਉਹ ਹੁਣ ਕਦੇ ਵੀ ਤੁਸੀਂ ਓਪਨ ਕਰੋਗੇ ਇਹਦਾ ਦੇਖੋ ਫਰਸਟ ਪੇਜ ਓਪਨ ਹੋ ਗਿਆ ਤੁਸੀਂ ਕੀ ਕਰਨਾ ਹੈ ਮੰਨ ਲਓ ਜੀ ਮੈਨੂੰ ਰੁਸ਼ਪਾਲ ਦਾ ਬਾਰੇ ਨੌਲੇਜ ਚਾਹੀਦੀ ਆ ਕਲਿੱਕ ਮੈਨੂੰ ਉਹਦਾ ਬਾਇਓ ਡਾਟਾ ਜੋ ਮੈਂ ਟਾਈਪ ਕਰਕੇ ਰੱਖਿਆ ਹੋਇਆ ਹੈ ਪਹਿਲਾਂ ਹਨਾ ਐਦਾਂ ਅਸੀਂ ਮਤਲਬ ਕਿ ਹਾਈਪਰਲਿੰਕ ਦੇ ਵਿੱਚ ਕੰਮ ਕਰਨਾ ਹੈ ਇੱਥੋਂ ਹੀ ਤੁਸੀਂ ਬੈਕ ਜਾ ਸਕਦੇ ਹੋ ਇੱਥੇ ਹੀ ਤੁਸੀਂ ਅੱਗੇ ਔਰ ਇਹ ਜ਼ਰੂਰੀ ਨਹੀਂ ਕਿ ਵੀ ਕਲੇ ਐਮ ਐਸ ਵਰਡ ਦੀ ਫਾਈਲ ਦਾ ਹੀ ਹਾਈਪਰਲਿੰਕ ਹੁੰਦਾ ਤੁਸੀਂ ਕੋਈ ਇਮੇਜ ਕੋਈ ਪੀਡੀਐਫ ਫਾਈਲ ਕੋਈ ਐਕਸਲ ਦੀ ਹਨਾ ਕੋਈ ਵੀ ਕਿਸੇ ਵੀ ਫਾਈਲ ਨੂੰ ਕਿਸੇ ਵੀ ਫਾਈਲ ਨੂੰ ਤੁਸੀਂ ਲਿੰਕ ਦੇ ਸਕਦੇ ਹੋ ਠੀਕ ਹੈ ਜੀ ਅੱਜ ਲਈ ਇੰਨਾ ਹੀ あ。